ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼। ਕੱਲ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਦਿਨ ਸੀ। ਸ਼੍ਰੋਮਣੀ ਅਕਾਲੀ ਦਲ ਨੇ ਸੰਗਰੂਰ ਦੇ ਵਿੱਚ ਇੱਕ ਵੱਡੀ ਰੈਲੀ ਰੱਖੀ, ਜਿਸ ਦਾ ਮਕਸਦ ਪੰਜਾਬ ਸਰਕਾਰ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਖਿਲਾਫ ਰੋਸ ਪ੍ਰਗਟਾਉਣਾ ਸੀ, ਪਰ ਅਸਲ ਮਕਸਦ ਪਰਮਿੰਦਰ ਸਿੰਘ ਢੀਂਡਸਾ ਅਤੇ ਸੁਖਦੇਵ ਸਿੰਘ ਢੀਂਡਸਾ ਨੂੰ ਨੀਵਾਂ ਦਿਖਾਉਣਾ ਸੀ। ਇਸ ਰੈਲੀ ਵਿੱਚ ਸੁਖਬੀਰ ਸਿੰਘ ਬਾਦਲ ਨੇ ਪੋਲਾਂ ਖੋਲ੍ਹਣੀਆਂ ਸੀ ਪੰਜਾਬ ਸਰਕਾਰ ਅਤੇ ਢੀਂਡਸਾ ਪਰਿਵਾਰ ਦੀਆਂ, ਪਰ ਹੋਇਆ ਸਭ ਕੁਝ ਉਲਟ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਆਪਣੀ ਹੀ ਪਾਰਟੀ ਦੀਆਂ ਪੋਲਾਂ ਖੋਲ੍ਹ ਕੇ ਸਭ ਤੋਂ ਪਹਿਲਾਂ ਤੁਹਾਨੂੰ ਬਿਆਨ ਸੁਣਾਉਂਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ, ਜਿਸ ਨੇ ਆਪਣੀ ਹੀ ਪਾਰਟੀ ਦੀਆਂ ਪੋਲਾਂ ਨੂੰ ਖੋਲ੍ਹ ਕੇ ਰੱਖ ਦਿੱਤਾ। ਔਰ ਜਿਹਨੂੰ ਬਹੁਤ ਵੱਡੇ ਵੱਡੇ ਰੁਤਬੇ ਜਿਹੜੇ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੇ, ਔਰ ਹਾਰੇ ਹੋਏ ਨੂੰ ਫੇਰ ਰਾਜਸਭਾ ਮੈਂਬਰ ਬਣਾਇਆ ਗਿਆ। ਅਸੀਂ ਤਾਂ ਇਹ ਸਮਝਦੇ ਹੁੰਦੇ ਸੀ ਕਿ ਸੰਗਰੂਰ ਜ਼ਿਲ੍ਹੇ ਦਾ ਮੁੱਖ ਮੰਤਰੀ ਜਿਹੜਾ ਸੀ ਉਹ ਸਰਦਾਰ ਸੁਖਦੇਵ ਸਿੰਘ ਢੀਂਡਸਾ ਸੀ, ਉਹਦੇ ਬਿਨਾਂ ਕੋਈ ਪੱਤਾ ਨਹੀਂ ਝੂਲਦਾ ਸੀ ਸਾਡੇ ਜ਼ਿਲ੍ਹੇ ਦੇ ਵਿੱਚ। ਭਾਵੇਂ ਕੋਈ MLA ਸੀ, ਭਾਵੇਂ ਕੋਈ ਹਲਕਾ ਇੰਚਾਰਜ ਸੀ, ਕਿਸੇ ਦੀ ਕੋਈ ਗੱਲ ਨਹੀਂ ਸੁਣੀ ਜਾਂਦੀ ਸੀ। ਸਭ ਤੋਂ ਪਹਿਲਾਂ ਸਾਨੂੰ ਸੁਖਦੇਵ ਸਿੰਘ ਢੀਂਡਸਾ ਦੇ ਕੋਲ ਜਾਣਾ ਪੈਂਦਾ, ਉਹਨਾਂ ਅੱਗੇ ਅਰਜੋਈ ਕਰਨੀ ਪੈਂਦੀ, ਬੇਨਤੀ ਕਰਨੀ ਪੈਂਦੀ ਕਿ ਸਾਡਾ ਆਹ ਕੰਮ ਹੈ ਜੀ, ਸਾਡਾ ਤੁਸੀਂ ਆਹ ਕੰਮ ਕਰਾ ਦਿਓ। ਔਰ ਇੱਕ ਹੌਲਦਾਰ ਤੋਂ ਲੈ ਕੇ SSP ਤੱਕ DC ਹਰ ਜਿਹੜਾ ਅਫਸਰ ਸੀ ਉਹ ਸਰਦਾਰ ਸੁਖਦੇਵ ਸਿੰਘ ਢੀਂਡਸੇ ਤੋਂ ਉਹਦੇ ਕਹਿਣ ਤੋਂ ਬਿਨਾਂ ਇੱਥੇ ਲੱਗਦਾ ਨਹੀਂ ਸੀ। ਇੰਨੀ ਪਾਵਰ ਜਿਹੜੀ ਸੀ ਬਾਦਲ ਸਾਹਿਬ ਨੇ ਦਿੱਤੀ ਸੀ। ਕਿਹਾ ਜਾ ਸਕਦਾ ਸੀ ਗੋਬਿੰਦ ਸਿੰਘ ਲੌਂਗੋਵਾਲ ਦੇ ਮੂੰਹੋਂ ਇਹ ਗੱਲ ਨਿਕਲ ਗਈ ਹੋਵੇਗੀ ਕਿ ਸੰਗਰੂਰ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਦੇ ਬਿਨਾਂ ਪੱਤਾ ਵੀ ਨਹੀਂ ਹਿਲਦਾ, ਪਰ ਨਹੀਂ, ਅਜਿਹਾ ਨਹੀਂ ਹੈ। ਪਰ ਹਰ ਬਿਆਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਵੀ ਅਜਿਹਾ ਹੀ ਕੁਝ ਕਿਹਾ। ਵਰਕਰ ਨੂੰ ਅਸੀਂ ਜ਼ਿਲ੍ਹਾ ਪ੍ਰੀਸ਼ਦ ਦੀ ਟਿਕਟ ਦੇਣੀ ਹੈ, ਇਹਨੂੰ ਸਰਪੰਚ ਦੀ ਟਿਕਟ ਦੇਣੀ ਹੈ, ਇਹਨੂੰ ਬਲਾਕ ਸਮਿਤੀ ਦੀ ਟਿਕਟ ਦੇਣੀ ਹੈ, ਇਹਨੂੰ ਵਰਕਰ ਕਮੇਟੀ ਦਾ ਚੇਅਰਮੈਨ ਬਣਾਉਣਾ ਹੈ। ਪਰ ਸਾਡੀ ਮਜਬੂਰੀ ਸੀ ਕਿਉਂਕਿ ਢੀਂਡਸਾ ਸਾਹਿਬ ਦਾ ਆਪਣਾ ਇੱਕ ਤਰੀਕਾ ਸੀ, ਉਹ ਕਹਿੰਦੇ ਨਹੀਂ ਜੋ ਉਹ ਫੈਸਲਾ ਕਰਨਗੇ ਉਹੀ ਹੋਊਗਾ। ਝੁੰਦਾ ਸਾਹਿਬ ਬੈਠੇ ਕਈ ਵਾਰ, ਇਹਨਾਂ ਨੇ ਆਪਣੇ ਦੁੱਖ ਦੀ ਗੱਲ ਕੀਤੀ, ਕਈ ਵਾਰ ਗਰਗ ਸਾਹਿਬ ਨੇ ਗੱਲ ਕੀਤੀ, ਕਈ ਵਾਰ ਸਾਰਿਆਂ ਦਾ ਨਾਂ ਨਹੀਂ ਲੈਣਾ ਜੋ ਸਾਰਿਆਂ ਨੇ ਕੀਤੀ, ਪਤਾ ਨਹੀਂ ਝੁੰਮਣ ਦਿੰਦੇ ਸੀ। ਸੁਖਦੇਵ ਸਿੰਘ ਢੀਂਡਸਾ ਬਾਰੇ ਇਹ ਗੱਲਾਂ ਇਸ ਲਈ ਕਹੀਆਂ ਜਾ ਰਹੀਆਂ ਸਨ ਕਿਉਂਕਿ ਕਹਿੰਦੇ ਸਨ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਸੰਗਰੂਰ ਦੇ ਵਿੱਚ ਇੰਨੀ ਤਾਕਤ ਦਿੱਤੀ ਹੋਈ ਸੀ ਕਿ ਪੱਤਾ ਵੀ ਨਹੀਂ ਹਿੱਲਣ ਦਿੰਦੇ ਸੀ, ਕਿਉਂਕਿ ਇਸ ਗੱਲ ਦੀ ਪੁਸ਼ਟੀ ਖੁਦ ਪ੍ਰਕਾਸ਼ ਸਿੰਘ ਬਾਦਲ ਨੇ ਮਾਈਕ 'ਤੇ ਆ ਕੇ ਕਰ ਦਿੱਤੀ। ਬੜੇ ਚੰਗੇ ਜਿਹੜਾ ਜਾਣਦੇ ਹੋ ਕਿ ਢੀਂਡਸਾ ਸਾਹਿਬ ਦੇ ਹੁੰਦੇ ਪੱਤਾ ਨਹੀਂ ਝੂਲਦਾ ਸੀ ਉਹਨਾਂ ਦੇ, ਇਹ ਕੱਲਾ ਇੱਥੋਂ ਦਾ ਨਹੀਂ ਉੱਥੋਂ ਤੱਕ ਦਾ, ਇਵੇਂ ਜਿਵੇਂ ਬ੍ਰਹਮਪੁਰਾ ਸਾਹਿਬ ਹੈ। ਮੈਂ ਹੈਰਾਨ ਹਾਂ ਕਿ ਜਿਹਨਾਂ ਲੋਕਾਂ ਨੂੰ ਏਡੀ ਵੱਡੀ ਸ਼ਕਤੀ ਦਿੱਤੀ ਹੋਵੇ, ਏਡਾ ਵੱਡਾ ਮਾਨ ਸਤਿਕਾਰ ਹੋਵੇ, ਉਹ ਪਾਰਟੀ ਜਿਸ ਵੇਲੇ ਵੱਧ ਲੋੜ ਹੈ ਏਡਾ ਦੀ, ਉਹ ਪਾਰਟੀ ਦੇ ਪਿੱਛੇ ਛੁਰਾ ਮਾਰਦਾ। ਦਰਅਸਲ ਅਸੀਂ ਇਹ ਗੱਲ ਇਸ ਲਈ ਕਹਿ ਰਹੇ ਹਾਂ ਕਿਉਂਕਿ ਇਸ ਰੈਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਹੀ ਪਾਰਟੀ ਦੀਆਂ ਫੁੱਲਾਂ ਖੋਲ੍ਹ ਕੇ ਰੱਖ ਦਿੱਤੀਆਂ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 'ਤੇ ਅਸਲ ਵਿੱਚ ਇਹ ਇਲਜ਼ਾਮ ਲੱਗਦਾ ਰਿਹਾ ਸੀ ਕਿ ਉਹ ਆਪ ਹੀ ਪੁਲਿਸ ਵਾਲੇ ਦੀਆਂ ਅਦਲੀਆਂ ਬਦਲੀਆਂ ਕਰਵਾਉਂਦੇ ਨੇ ਅਤੇ ਬਾਅਦ ਵਿੱਚ ਆਪਣੀ ਮਰਜ਼ੀ ਦੇ ਨਾਲ ਪੁਲਿਸ ਤੋਂ ਆਪਣਾ ਕੰਮ ਕਰਵਾਉਂਦੇ ਨੇ, ਪਰ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਸੀ ਕਿ ਨਹੀਂ, ਇਹ ਗਲਤ ਹੈ, ਸੰਗਰੂਰ ਦੇ ਵਿੱਚ ਪੁਲਿਸ ਬਿਲਕੁਲ ਸੁਤੰਤਰ ਹੈ। ਪ੍ਰੈਸ ਬਿਆਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੀਆਂ ਫੁੱਲਾਂ ਆਪ ਖੋਲ੍ਹਦੀ ਦਿਖਾਈ ਦਿੰਦੀ ਹੈ। ਹੁਣ ਇੱਕ ਸਵਾਲ ਅਸੀਂ ਪੰਜਾਬ ਦੇ ਲੋਕਾਂ ਤੋਂ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਕੀ ਲੱਗਦਾ ਕਿ ਹੁਣ ਵੀ ਅਜਿਹਾ ਹੀ ਹੋ ਰਿਹਾ ਹੋਵੇਗਾ, ਸਿਆਸੀ ਲੀਡਰ ਹੀ ਪੁਲਿਸ ਦੀਆਂ ਅਦਲੀਆਂ ਬਦਲੀਆਂ ਕਰਵਾਉਂਦੇ ਨੇ? ਇਸ ਬਿਆਨ ਬਾਰੇ ਤੁਹਾਡੇ ਜੋ ਵੀ ਵਿਚਾਰ ਨੇ ਸਾਡੇ ਨਾਲ ਜ਼ਰੂਰ ਸਾਂਝੇ ਕਰੋ, ਅਤੇ ਨਾਲ ਹੀ ਪੰਜਾਬ ਦੀਆਂ ਤਾਜ਼ਾ ਖਬਰਾਂ ਨੂੰ ਜਾਣਨ ਦੇ ਲਈ ਸਾਡੇ ਰੇਜਿੰਗ ਵੋਇਸ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਨੂੰ ਦਬਾਉਣਾ ਨਾ ਭੁੱਲੋ। ਮੈਂ ਗੁਰਦੀਪ ਸਿੰਘ ਫਿਰ ਹਾਜ਼ਰ ਹੋਵਾਂਗਾ, ਤੁਸੀਂ ਬਣੇ ਰਹੋ ਰੇਜਿੰਗ ਵੋਇਸ ਦੇ ਨਾਲ। ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼।